ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਵਾਹਿਗੁਰੂ, 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 ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਵਾਹਿਗੁਰੂ। ਜੋ ਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਸਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਨ ਹੋ। ਵਾਹਿਗੁਰੂ, 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 ਵਾਹਿਗੁਰੂ। ਕਾਲ ਤੂੰ ਹੀ, ਕਾਲੀ ਤੂੰ ਹੀ, ਤੂੰ ਹੀ ਤੇਗ ਹਰ ਤੀਰ, ਤੂੰ ਹੀ ਨਿਸ਼ਾਨੀ ਜੀਤ ਕੀ, ਆਜ ਤੂੰ ਹੀ ਜਗਵੀਰ। ਵਾਹਿਗੁਰੂ, 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 ਵਾਹਿਗੁਰੂ। ਨਾ ਡਰੋ ਅਰਸਿਓ ਜਬ ਜਾਇ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ। ਹਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤਾਂ ਉਚਰੋ। ਜਬ ਆਵੇ ਕੀ ਯਾਦ ਨਿਧਾਨ ਬਣੇ, ਅਤ ਹੀ ਰਣ ਮੇ ਤਬ ਜੂਝ ਮਰੋ। ਧੀ ਸਿਵਾ ਬਰ ਮੋਈ ਹੈ, ਸੁਭ ਕਰ ਮਨ ਤੇ ਕਬ ਹੂੰ ਨਾ ਠਰੋ। ਸੁਭ ਕਰ ਮਨ ਤੇ ਕਬ ਹੂੰ ਨਾ ਠਰੋ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਗੁਰੂ ਪਿਆਰੀ ਸੰਗਤ ਜੀ, ਗੁਰੂ ਮਹਾਰਾਜ ਜੀ ਜਦੋਂ ਖੰਡੇ ਬਾਟੇ ਦੀ ਪੌਲ ਚੁਕਾਈ ਸੀ, ਤੇ ਉਸ ਤੋਂ ਬਾਅਦ ਆਪ ਜੀ ਨੂੰ ਅਸੀਂ ਇੱਥੇ ਪੜ੍ਹ ਰਹੇ ਸੀ ਕਿ ਉਸ ਤੋਂ ਬਾਅਦ ਉਹਨਾਂ ਦੇ ਜੋ ਵੈਰੀਆਂ ਨੇ ਉਹਨਾਂ ਦੇ ਕਾਰਜ ਵਿੱਚ ਰੁਕਾਵਟਾਂ ਪਾਉਣ ਲਈ ਜੋ ਹਮਲੇ ਕੀਤੇ ਸੀ, ਉਹ ਇੱਕ ਨੀ, ਦੋ ਨੀ, ਕਈ ਸਨ। ਉਹਨਾਂ ਵਿੱਚੋਂ ਅਸੀਂ ਪੜ੍ਹਦੇ ਹੋਏ ਅੱਜ ਅਸੀਂ ਚੌਥਾ ਹਮਲਾ ਜਿਹੜਾ ਗੁਰੂ ਦੀ ਸੰਗਤ ਤੇ ਹੋਇਆ ਸੀ ਉਸਦੇ ਬਾਰੇ ਪੜ੍ਹਦੇ ਹਾਂ। ਚੌਥਾ ਹਮਲਾ। ਔਰੰਗਜ਼ੇਬ ਨੇ ਬਾਜ਼ੀਦ ਖਾਂ ਸੂਬਾ ਸਰਹੰਦ ਨੂੰ ਤਾਕੀਦੀ ਹੁਕਮ ਭੇਜਿਆ ਕਿ ਗੁਰੂ ਜੀ ਨੂੰ ਫੜ ਕੇ ਹਾਜ਼ਰ ਦਰਬਾਰ ਕੀਤਾ ਜਾਵੇ। ਦਿੱਲੀ ਤੋਂ ਅਮੀਰ ਖਾਂ 10,000, ਨਿਜ਼ਾਬਤ ਖਾਂ ਤੇ ਵਹੀਦ ਖਾਂ ਫੌਜੀ ਜਰਨੈਲ ਸੂਬਾ ਸਰਹੰਦ ਦੀ ਸਹਾਇਤਾ ਲਈ ਭੇਜੇ। ਇਹ ਫੌਜ ਮੁਖੀ ਰਾਜਾ ਅਜਮੇਰ ਚੰਦ ਦੇ ਨਾਲ ਕੱਲੀ ਗਈ ਤੇ ਪਹਾੜੀ ਰਾਜਿਆਂ ਦੀ ਫੌਜ ਵੀ ਨਾਲ ਸ਼ਾਮਲ ਹੋ ਗਈ। 17 ਫੱਗਣ 1759 ਨੂੰ ਇਸ ਫੌਜ ਨੇ ਆਨੰਦਪੁਰ ਦਾ ਘੇਰਾ ਕਰ ਲਿਆ। ਗੁਰੂ ਗੋਬਿੰਦ ਸਿੰਘ ਜੀ ਕੋਲ ਬਹੁਤ ਥੋੜੀ ਫੌਜ ਸੀ, ਇਸੇ ਕਾਰਨ ਹੀ ਉਹ ਖੁੱਲੇ ਮੈਦਾਨ ਵਿੱਚ ਇਤਨੀ ਵੱਡੀ ਫੌਜ ਨਾਲ ਟੱਕਰ ਨਹੀਂ ਲੈ ਸਕਦੇ ਸੀ, ਜਿਸ ਕਰਕੇ ਉਹ ਅਨੰਦਪੁਰ ਤੋਂ ਬਾਹਰ ਨਾ ਨਿਕਲੇ। 5 ਦਿਨ ਬਹੁਤ ਭਿਆਨਕ ਜੰਗ ਹੋਈ ਤੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਤੇ ਸਿੰਘਾਂ ਨੇ
ਵੈਰੀਆਂ ਦਾ ਵੀ ਕਾਫੀ ਨੁਕਸਾਨ ਕੀਤਾ। 6ਵੇਂ ਦਿਨ ਗੁਰੂ ਜੀ ਨੇ ਕਿਲੇ ਵਿੱਚੋਂ ਬਾਹਰ ਆ ਕੇ ਬੜੇ ਜ਼ੋਰ ਦਾ ਹਮਲਾ ਕੀਤਾ ਤੇ ਸਰਦਾਰ ਅਜ਼ੀਮ ਖਾਂ, ਇੱਕ ਨਾਮੀ ਸਿਪਾਹ ਸਲਾਰ ਤੇ ਪਾਇੰਦ ਖਾਂ ਨੂੰ ਗੁਰੂ ਜੀ ਨੇ ਆਪਣੀ ਹੱਥੀ ਲੜਾਈ ਵਿੱਚ ਮਾਰਿਆ। ਹਰੀ ਚੰਦ ਜਸਵਾਲੀਆ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਮੁਲਾਜ਼ਮ ਮਾਮੂ ਖਾਂ ਦੇ ਹੱਥੋਂ ਮਾਰਿਆ ਗਿਆ। ਰਾਜਾ ਅਜਮੇਰ ਚੰਦ ਜ਼ਖਮੀ ਹੋਇਆ ਤੇ ਆਖਰ ਸ਼ਾਹੀ ਫੌਜ ਨੂੰ ਹਾਰ ਹੋਈ। ਸਿੱਖਾਂ ਨੇ ਸ਼ਾਹੀ ਫੌਜ ਦਾ ਰੋਪੜ ਤੱਕ ਪਿੱਛਾ ਕੀਤਾ ਤੇ ਆਖਰ ਜਿੱਤ ਗੁਰੂ ਜੀ ਦੀ ਹੋਈ। 5ਵਾਂ ਹਮਲਾ। ਇਸ ਹਾਰ ਨਾਲ ਔਰੰਗਜ਼ੇਬ ਦੀ ਬਹੁਤ ਹੇਠੀ ਹੋਈ ਤੇ ਉਸਨੇ ਗੁਰੂ ਜੀ ਦੇ ਵਿਰੁੱਧ ਇੱਕ ਬਹੁਤ ਵੱਡੀ ਫੌਜ ਭੇਜਣ ਦਾ ਫੈਸਲਾ ਕਰ ਲਿਆ। ਸੂਬਾ ਲਾਹੌਰ ਤੇ ਸੂਬਾ ਕਸ਼ਮੀਰ ਨੂੰ ਵੀ ਫੁਰਮਾਨ ਭੇਜੇ ਗਏ ਕਿ ਉਹ ਸੂਬਾ ਸਰਹੰਦ ਨਾਲ ਮਿਲ ਕੇ ਗੁਰੂ ਜੀ ਨੂੰ ਜੰਗ ਦੇ ਮੈਦਾਨ ਵਿੱਚ ਪਛਾੜਨ ਤੇ ਜਿਉਂਦਾ ਗ੍ਰਿਫਤਾਰ ਕਰਕੇ ਉਸ ਅੱਗੇ ਪੇਸ਼ ਕਰਨ। ਜਰਾ ਦੇਖੋ, ਇੱਕ ਨੁਕਰੇ ਭਗਤੀ ਕਰਨ ਵਾਲੇ ਫਕੀਰ ਦਰਵੇਸ਼ ਦੀ ਦਲੇਰੀ, ਬਹਾਦਰੀ ਤੇ ਹਿੰਮਤ, ਸਾਰੇ ਭਾਰਤ ਦਾ ਉੱਤਰੀ ਹਿੱਸਾ ਤੇ ਉਸ ਦੇ ਵਿਰੁੱਧ ਜੰਗ ਕਰਨ ਲਈ ਨਿਕਲਿਆ ਹੈ। ਆਖਰ ਬੜੀ ਵੱਡੀ ਫੌਜ ਸੂਬਾ ਦਿੱਲੀ, ਸਰਹੰਦ, ਲਾਹੌਰ ਤੇ ਕਸ਼ਮੀਰ ਦੀ ਮਿਲਵੀ ਫੌਜ ਗੁਰੂ ਜੀ ਦੇ ਵਿਰੁੱਧ ਕੂਚ ਕਰਕੇ ਆਈ। ਦਿੱਲੀ ਤੋਂ ਜਫਰ ਬੇਗ, ਲਾਹੌਰ ਤੋਂ ਦਿਲਾਵਰ ਖਾਂ ਤੇ ਸਫਦਰ ਖਾਂ ਮੈਦਾਨ ਵਿੱਚ ਆਏ। ਗੁਰੂ ਜੀ ਨੂੰ ਇਸ ਟਿੱਡੀ ਦਲ ਫੌਜ ਦੀ ਚੜ੍ਹਾਈ ਦੀ ਖਬਰ ਪੁੱਜੀ ਤਾਂ ਉਹਨਾਂ ਵੀ ਆਪਣੇ ਸਿੰਘਾਂ ਨੂੰ ਇੱਕ ਮੁੱਠ ਹੋਣ ਲਈ ਵੰਗਾਰਿਆ ਅਤੇ ਜ਼ਰੂਰੀ ਸਮਾਨ ਇਕੱਠਾ ਕੀਤਾ। ਇਹ ਆਖਿਆ ਜਾਂਦਾ ਹੈ ਕਿ ਗੁਰੂ ਜੀ ਨੇ 10,000 ਸਿੰਘ ਇਸ ਧਰਮ ਯੁੱਧ ਲਈ ਇਕੱਤਰ ਕੀਤੇ। ਅਜੀਤ ਸਿੰਘ ਵੱਡੇ ਸਾਹਿਬਜ਼ਾਦੇ ਨੂੰ ਕਿਲਾ ਕੇਸਗੜ੍ਹ ਸਪੁਰਦ ਕੀਤਾ ਤੇ ਨਾਲ 2,000 ਫੌਜ ਰੱਖੀ। ਮਾਹਿਰ ਸਿੰਘ ਤੇ ਸ਼ੇਰ ਸਿੰਘ ਨੂੰ 1,000 ਸਿੰਘਾਂ ਸਮੇਤ ਲੋਹਗੜ੍ਹ ਕਿਲੇ ਵਿੱਚ ਰੱਖਿਆ। ਆਲਮ ਸਿੰਘ ਤੇ ਸੁਕੇਤ ਸਿੰਘ ਨੂੰ 3,000 ਸਿੰਘਾਂ ਸਮੇਤ ਦਮਦਮੇ ਤੇ ਟਿਕਾਇਆ। ਉਦੈ ਸਿੰਘ ਨੂੰ ਅਗਮਪੁਰ ਵਿੱਚ। ਇਹ ਵੰਡ ਕੁਝ ਠੀਕ ਨਹੀਂ ਭਾਸ਼ਦੀ ਕਿਉਂਕਿ ਵੱਡਾ ਟਾਕਰਾ ਆਨੰਦਪੁਰ ਦੇ ਮੈਦਾਨ ਵਿੱਚ ਹੋਇਆ ਤੇ ਇਹ ਸਾਰੇ ਹੀ ਉਸ ਵਿੱਚ ਸ਼ਾਮਲ ਸਨ। ਹੋ ਸਕਦਾ ਹੈ ਕਿ ਇਹ ਸਾਰੇ ਟਾਕਰੇ ਵੇਲੇ ਆਨੰਦਪੁਰ ਆ ਗਏ ਹੋਣ। ਖੈਰ, ਗੁਰੂ ਜੀ ਆਪ ਆਨੰਦਪੁਰ ਵਿੱਚ ਹੀ ਸਨ ਤੇ ਸ਼ਾਹੀ ਫੌਜ ਨੇ ਆ ਕੇ ਆਨੰਦਪੁਰ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ। ਬੜੀ ਭਿਆਨਕ ਜੰਗ ਹੋਈ। ਸਿੰਘ ਬੜੀ ਹੀ ਬਹਾਦਰੀ ਨਾਲ ਲੜੇ ਤੇ ਕਈ ਵਾਰ ਮੁਸਲਮਾਨਾਂ ਦੇ ਛੱਕੇ ਛੁਡਾਏ ਤੇ ਮੂੰਹ ਫੇਰੇ। ਸਿੱਖ ਜਾਨ ਤੋੜ ਕੇ ਲੜੇ ਪਰ ਮੁਸਲਮਾਨਾਂ ਨੂੰ ਹਰ ਵਾਰ ਤਾਜ਼ਾ ਦਮ ਫੌਜੀ ਮਦਦ ਮਿਲ ਜਾਂਦੀ। ਉਹਨਾਂ ਜ਼ੋਰ ਦਾ ਹਮਲਾ ਕੀਤਾ। ਬਿਲਕੁਲ ਸੰਭਵ ਸੀ ਕਿ ਮੁਸਲਮਾਨ ਆਨੰਦਪੁਰ ਵਿੱਚ ਦਾਖਿਲ ਹੋ ਜਾਂਦੇ ਕਿ ਉਸ ਮੌਕੇ ਉੱਤੇ ਅਜੀਤ ਸਿੰਘ ਜੀ ਮੈਦਾਨ ਵਿੱਚ ਕੁੱਦ ਪਏ। ਗੁਰੂ ਜੀ ਨੇ ਵੀ
ਨਾਜ਼ਕ ਮੌਕਾ ਵੇਖ ਕੇ ਆਪ ਧਾਵਾ ਕੀਤਾ। ਬਹੁਤ ਹੀ ਭਿਆਨਕ ਤੇ ਖੂੰਖਾਰ ਲੜਾਈ ਹੋਈ। ਸਿੱਖਾਂ ਨੇ ਅੱਗੇ ਵੱਧ ਵੱਧ ਕੇ ਹਮਲੇ ਕੀਤੇ। ਆਖਰ ਅਜ਼ੀਮ ਖਾਂ ਤੇ ਦਿਲਾਵਰ ਖਾਂ ਵਰਗੇ ਸ਼ਾਹੀ ਅਫਸਰ ਮਾਰੇ ਗਏ ਤੇ ਸ਼ਾਮ ਦੇ ਕਰੀਬ ਸ਼ਾਹੀ ਫੌਜ ਦੇ ਪੈਰ ਉੱਖੜ ਗਏ ਤੇ ਮੈਦਾਨ ਵਿੱਚੋਂ ਭੱਜ ਨਿਕਲੇ ਤੇ ਉਸ ਦਿਨ ਮੈਦਾਨ ਸਿੱਖਾਂ ਦੇ ਹੱਥ ਰਿਹਾ। ਦੂਜੇ ਦਿਨ ਜੰਗ ਫੇਰ ਪੱਖਿਆ। ਗੁਰੂ ਜੀ ਦਮਦਮਾ ਵਿੱਚ ਸਨ ਜਦੋਂ ਜ਼ਬਰਦਸਤ ਖਾਂ ਨੇ ਤੋਪ ਦਾ ਗੋਲਾ ਉਸ ਤਰਫ ਮਾਰਿਆ। ਗੁਰੂ ਜੀ ਤਾਂ ਬਚ ਗਏ, ਕੁਝ ਸਿੱਖ ਜੋ ਗੁਰੂ ਜੀ ਪਾਸ ਖੜੇ ਸਨ ਸ਼ਹੀਦ ਹੋ ਗਏ। ਕੁਝ ਦਿਨ ਤੱਕ ਇਸੇ ਤਰ੍ਹਾਂ ਹੀ ਜ਼ੋਰ ਜ਼ੋਰ ਨਾਲ ਹਮਲੇ ਹੁੰਦੇ ਰਹੇ ਜੋ ਸਿੱਖ ਪੂਰੀ ਹਿੰਮਤ ਨਾਲ ਰੋਕਦੇ ਰਹੇ, ਪਰ ਆਖਰ ਮੁੱਠੀ ਭਰ ਸਿੱਖ ਇਸ ਟਿੱਡੀ ਦਲ ਫੌਜ ਦਾ ਟਾਕਰਾ ਕਿੰਨੀ ਦੇਰ ਕਰ ਸਕਦੇ ਸਨ। ਜਦ ਗਿਣਤੀ ਘੱਟ ਗਈ ਤਾਂ ਆਨੰਦਪੁਰ ਦੇ ਦਰਵਾਜ਼ੇ ਬੰਦ ਕਰਕੇ ਅੰਦਰ ਬੈਠ ਗਏ। ਬਾਹਰ ਤੋਂ ਸ਼ਾਹੀ ਫੌਜ ਨੇ ਸਿੱਖਾਂ ਲਈ ਰਸਦ ਆਉਣੀ ਬੰਦ ਕਰ ਦਿੱਤੀ। ਇੱਕ ਰਾਤ ਸਿੱਖਾਂ ਮੌਕਾ ਪਾ ਕੇ ਸ਼ਾਹੀ ਫੌਜ ਤੇ ਛਾਪਾ ਮਾਰਿਆ। ਕਾਫੀ ਖਲਬਲੀ ਮਚੀ। ਸ਼ਾਹੀ ਲਸ਼ਕਰ ਕੁਛ ਪਿੱਛੇ ਹਟ ਗਿਆ। ਰਾਜਾ ਡਡਵਾਲ ਤੇ ਰਾਜਾ ਜਸਵਾਲ ਮਾਰੇ ਗਏ। ਸ਼ਾਹੀ ਫੌਜ ਦੀ ਕੁਝ ਰਸਦ ਤੇ ਸਮਾਨ ਸਿੱਖਾਂ ਦੇ ਹੱਥ ਲੱਗਾ। ਸ਼ਾਹੀ ਫੌਜ ਹੋਰ ਮਦਦ ਦੀ ਇੰਤਜ਼ਾਰ ਵਿੱਚ ਉੱਥੇ ਹੀ ਟਿਕੀ ਰਹੀ। ਆਖਰ ਹਰ ਪਾਸਿਓਂ ਫੌਜ ਇਕੱਠੀ ਕਰਕੇ ਰਾਜਪੂਤਾਂ ਨੂੰ ਵੀ ਸ਼ਾਮਲ ਕਰਕੇ ਔਰੰਗਜ਼ੇਬ ਨੇ ਉੱਥੇ ਬੈਠੀ ਪਹਿਲੀ ਫੌਜ ਲਈ ਹੋਰ ਸਹਾਇਤਾ ਭੇਜੀ। ਛੇਵਾਂ ਹਮਲਾ ਤੇ ਗੁਰੂ ਜੀ ਦੇ ਦੋ ਪੁੱਤਰਾਂ ਦੀ ਕੁਰਬਾਨੀ। ਚੇਤਰ 1761 ਸੰਮਤ ਨੂੰ ਸ਼ਾਹੀ ਫੌਜਾਂ ਨੇ ਆਨੰਦਪੁਰ ਦਾ ਫਿਰ ਘੇਰਾ ਕਰ ਲਿਆ। ਸਿੱਖਾਂ ਨੇ ਬੜੇ ਸਬਰ ਤੇ ਹਿੰਮਤ ਨਾਲ ਘੇਰੇ ਦੇ ਕਸ਼ਟਾਂ ਤੇ ਦੁੱਖਾਂ ਨੂੰ ਸਹਾਰਿਆ। ਜਦ ਖਾਣ ਲਈ ਬਾਕੀ ਕੁਝ ਨਾ ਬਚਿਆ ਤਾਂ ਸਿੰਘਾਂ ਨੇ ਭੁੱਖੇ ਮਰਨ ਨਾਲੋਂ ਲੜ ਕੇ ਮਰਨ ਨੂੰ ਚੰਗਾ ਸਮਝਿਆ। ਗੁਰੂ ਜੀ ਕੁਝ ਥੋੜੀ ਦੇਰ ਹੋਰ ਘੇਰੇ ਵਿੱਚ ਹੀ ਰਹਿਣਾ ਉਚਿਤ ਸਮਝਦੇ ਸਨ, ਪਰ ਕਈ ਸਿੱਖ ਇਸ ਤੇ ਰਾਜੀ ਨਹੀਂ ਸਨ। ਜੋ ਰਾਜੀ ਨਹੀਂ ਸਨ, ਗੁਰੂ ਜੀ ਨੇ ਉਹਨਾਂ ਨੂੰ ਆਖਿਆ ਕਿ ਜੇ ਉਹ ਹੁਕਮ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ ਤਾਂ ਉਹ ਲਿਖ ਦੇਣ ਕਿ ਉਹ ਗੁਰੂ ਜੀ ਦੇ ਸਿੱਖ ਨਹੀਂ। ਕਈ ਲਿਖ ਕੇ ਦੇਣ ਨੂੰ ਤਿਆਰ ਹੋ ਗਏ ਤੇ ਉਹਨਾਂ ਲਿਖ ਵੀ ਦਿੱਤਾ। ਕਈ ਸਾਬਤ ਕਦਮ ਟਿੱਕੇ ਰਹੇ। ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਸ਼ਾਨਦਾਰ ਕਾਰਨਾਮਾ ਕੀਤਾ। ਜਾਨ ਦੇਣਾ ਤਾਂ ਮਨਜ਼ੂਰ, ਪਰ ਸਿੱਖੀ ਤੋਂ ਇਨਕਾਰ ਕਰਨਾ ਔਖਾ ਸਿੱਧ ਕਰ ਦਿੱਤਾ ਤੇ ਸਿੱਖਾਂ ਵਿੱਚ ਖਾਲਸਾ ਧਰਮ ਦੀ ਤੇ ਸਿੱਖੀ ਦੇ ਜਜ਼ਬੇ ਨੂੰ ਪ੍ਰਾਣਾਂ ਨਾਲੋਂ ਵੀ ਪਿਆਰਾ ਤੇ ਕੀਮਤੀ ਦਰਸਾਇਆ। ਪਹਾੜੀ ਰਾਜਿਆਂ ਨੇ ਇੱਕ ਬ੍ਰਾਹਮਣ ਰਾਹੀ ਗਊ ਦੀ ਸਹੁੰ ਖਾ ਕੇ ਤੇ ਗਾਂ ਵਿੱਚ ਸ਼ਾਮਲ ਕਰਕੇ ਗੁਰੂ ਜੀ ਨੂੰ ਸੰਦੇਸ਼ ਭੇਜਿਆ ਕਿ ਤੇ ਪ੍ਰੇਰਿਆ ਕਿ ਜੇ ਉਹ ਆਨੰਦਪੁਰ ਨੂੰ ਖਾਲੀ ਕਰ ਜਾਣ ਤੇ ਛੱਡ ਦੇਣ
ਤਾਂ ਉਹਨਾਂ ਦਾ ਪਿੱਛਾ ਨਹੀਂ ਕੀਤਾ ਉਹਨਾਂ ਦਾ ਪਿੱਛਾ ਨਹੀਂ ਕੀਤਾ ਜਾਵੇਗਾ। ਇਹ ਬਿਲਕੁਲ ਧੋਖਾ ਸੀ। ਗੁਰੂ ਜੀ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ਕਿਲੇ ਤੋਂ ਬਾਹਰ ਨਿਕਲ ਕੇ ਕੀਰਤਪੁਰ ਨੂੰ ਵੱਲ ਹੋ ਤੁਰੇ। ਸ਼ਾਹੀ ਲਸ਼ਕਰ ਨੇ ਅਨੰਦਪੁਰ ਨੂੰ ਲੁੱਟ ਕੇ ਗੁਰੂ ਜੀ ਦਾ ਪਿੱਛਾ ਕੀਤਾ ਤੇ ਆਪਣੇ ਇਕਰਾਰ ਨੂੰ ਤੇ ਕਸਮਾਂ ਨੂੰ ਤੋੜ ਦਿੱਤਾ। ਦੂਜੇ ਦਿਨ ਗੁਰੂ ਜੀ ਕੀਰਤਪੁਰ ਤੋਂ ਚੱਲ ਕੇ ਕਮਲ ਸਰ ਸਰਸਾ ਨਦੀ ਦੇ ਕੰਢੇ ਅਕੜੇ। ਨਦੀ ਵਿੱਚ ਸਖਤ ਹੜ੍ਹ ਸੀ, ਪਿੱਛੇ ਸ਼ਾਹੀ ਫੌਜ ਚੱਲੀ ਆਉਂਦੀ ਸੀ। ਹੁਣ ਗੁਰੂ ਜੀ ਇਸ ਤਰ੍ਹਾਂ ਘਿਰ ਗਏ ਜਿਵੇਂ ਸਨ 1899 ਵਿੱਚ ਟਰਨਸਵਾਲ ਦੀ ਜੰਗ ਵਿੱਚ ਜਨਰਲ ਕਰਾਉਂਜੀ ਬੋਇਰ 4,000 ਆਦਮੀਆਂ ਨਾਲ ਅੰਗਰੇਜ਼ੀ ਫੌਜ ਦੇ ਬੇਸ਼ੁਮਾਰ ਸਿਪਾਹੀਆਂ ਦੇ ਘੇਰੇ ਵਿੱਚ ਆ ਗਿਆ ਸੀ। ਇੱਕ ਪਾਸੇ ਨਦੀ ਸੀ ਤੇ ਦੂਜੇ ਪਾਸੇ ਪਹਾੜ। ਫਿਰ ਆਖਰਕਾਰ ਉਸ ਨੂੰ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਹਵਾਲਾ ਕਰਨਾ ਪਿਆ। ਇਹੋ ਹੀ ਹਾਲ ਇੱਥੇ ਸੀ। ਅਗਲੇ ਪਾਸੇ ਨਦੀ ਸ਼ੂਕਦੀ ਤੇ ਠਾਠਾਂ ਮਾਰਦੀ ਸੀ। ਕਹਿਰ ਦੀ ਸਰਦੀ ਵਿੱਚ ਪਿਛਲੇ ਪਾਸਿਓਂ ਸ਼ਾਹੀ ਫੌਜ ਮਾਰੋ ਮਾਰ ਕਰਦੀ ਆ ਰਹੀ ਸੀ। ਗੁਰੂ ਜੀ ਦੀ ਇੱਕ ਮੁਸ਼ਕਲ ਹੋਰ ਵੀ ਸੀ ਕਿ ਉਹਨਾਂ ਨਾਲ ਉਹਨਾਂ ਦਾ ਪਰਿਵਾਰ ਤੇ ਛੋਟੇ ਬੱਚੇ ਵੀ ਸ਼ਾਮਲ ਸਨ। ਕੁਝ ਸਿੱਖਾਂ ਨੇ ਹਿੰਮਤ ਕੀਤੀ ਤੇ ਗੁਰੂ ਜੀ ਦੇ ਪਰਿਵਾਰ ਤੇ ਬੱਚਿਆਂ ਨੂੰ ਨਦੀ ਵਿੱਚੋਂ ਪਾਰ ਲੈ ਗਈ। ਮੁਸਲਮਾਨਾਂ ਨੇ ਪਿੱਛੇ ਹਮਲਾ ਕਰ ਦਿੱਤਾ। ਗੁਰੂ ਜੀ ਦੇ ਜੋ ਸਿੰਘ ਬਾਕੀ ਬਚੇ ਉਹ ਡਟ ਖੜੋਤੇ, ਪਰ ਟਾਕਰੇ ਦੀ ਤਾਕਤ ਨਾ ਹੁੰਦਿਆਂ ਤੇ ਗਿਣਤੀ ਵਿੱਚ ਘੱਟ ਹੋਣ ਕਰਕੇ ਉਹ ਖਿੰਡ ਪੁੰਡ ਗਈ। ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਪੁੱਤਰਾਂ ਤੇ 40 ਬਚੇ ਹੋਏ ਸਾਥੀਆਂ ਨਾਲ ਚਮਕੌਰ ਵਿੱਚ ਇੱਕ ਕੱਚੀ ਗੜੀ ਵਿੱਚ ਜਾ ਦਾਖਲ ਹੋਏ ਤੇ ਉੱਥੇ ਪਨਾਹ ਲਈ। ਸਿੱਖਾਂ ਨੇ ਇਸ ਅਫੜਾ ਤਫੜੀ ਵਿੱਚ ਗੁਰੂ ਜੀ ਦੇ ਦੋ ਮਹਿਲ ਦਿੱਲੀ ਪਹੁੰਚਾ ਦਿੱਤੇ। ਗੁਰੂ ਜੀ ਦੇ ਮਾਤਾ ਜੀ ਨੇ ਆਪਣੇ ਦੋ ਮਾਸੂਮ ਪੋਤਰਿਆਂ ਨਾਲ ਆਪਣੇ ਪੁਰਾਣੇ ਰਸੋਈਏ ਗੰਗਾ ਰਾਮ ਬ੍ਰਾਹਮਣ ਦੇ ਘਰ ਜਾ ਪਨਾਹ ਲਈ। ਉਸ ਦਾ ਹਾਲ ਅੱਗੇ ਚੱਲ ਕੇ ਵੱਖਰਾ ਲਿਖਾਂਗੇ ਤੇ ਇੱਥੇ ਕੇਵਲ ਅਸੀਂ ਤੁਹਾਨੂੰ ਚਮਕੌਰ ਦੇ ਮੈਦਾਨ ਵਿੱਚ ਗੁਰੂ ਜੀ ਦੇ ਕਾਰਨਾਮੇ ਵਿਖਾਉਣਾ ਚਾਹੁੰਦੇ ਹਾਂ, ਜਿਨ੍ਹਾਂ ਦੀ ਮਿਸਾਲ ਸਾਰੇ ਸੰਸਾਰ ਦੇ ਇਤਿਹਾਸ ਵਿੱਚੋਂ ਕਿਤੇ ਵੀ ਨਜ਼ਰ ਨਹੀਂ ਆਉਂਦੀ। ਗੁਰੂ ਜੀ ਆਪਣੇ 40 ਸਾਥੀਆਂ ਨਾਲ ਚਮਕੌਰ ਦੀ ਕੱਚੀ ਗੜੀ ਹਵੇਲੀ ਵਿੱਚ ਦਾਖਲ ਹੋਏ ਤੇ ਸ਼ਾਹੀ ਫੌਜ ਤੇ ਹਿੰਦੂ ਰਾਜਿਆਂ ਦੀ ਫੌਜ ਜੋ ਗੁਰੂ ਜੀ ਦਾ ਪਿੱਛਾ ਕਰਦੀ ਆ ਰਹੀ ਸੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਗੁਰੂ ਜੀ ਪਾਸ ਹੁਣ ਕੋਈ ਫੌਜ ਨਹੀਂ ਤੇ ਗਿਣਤੀ ਦੇ ਕੁਛ ਸਾਥੀਆਂ ਨਾਲ ਹੀ ਇੱਕ ਕੱਚੀ ਹਵੇਲੀ ਦੀ ਚਾਰ ਦੀਵਾਰੀ ਵਿੱਚ ਇੱਕ ਸ਼ੇਰ ਵਾਂਗ ਪਿੰਜਰੇ ਵਿੱਚ ਬੰਦ ਸਨ। ਅਜਿਹੇ ਸੁਨਹਿਰੀ ਮੌਕੇ ਤੇ ਉਹ ਗੁਰੂ ਜੀ ਦਾ ਪਿੱਛਾ ਨਹੀਂ ਛੱਡਣਾ ਚਾਹੁੰਦੇ ਸੀ ਤੇ ਆਸਾਨੀ ਨਾਲ ਉਹਨਾਂ ਨੂੰ ਜਿਉਂਦੇ ਕੈਦ ਕਰਨ ਦਾ ਅਜਿਹਾ ਮੌਕਾ ਹੱਥੋਂ ਗਵਾਉਣਾ ਨਹੀਂ ਚਾਹੁੰਦੇ ਸਨ। ਸ਼ਾਹੀ ਫੌਜ ਨੇ ਆ ਕੇ ਉਸ ਕੱਚੀ ਗੜੀ ਦਾ ਘੇਰਾ ਕਰ ਲਿਆ। ਅੱਗੇ ਪੜ੍ਹਾ ਵੀਰ ਜੀ, ਕੱਲ ਪੜ੍ਹ ਲਈਏ। ਵਾਹਿਗੁਰੂ। ਹਲੇ ਹੈਗੇ 5 ਮਿੰਟ ਦੇਖ ਲਓ। ਅੱਛਾ, ਪਾਠਕ ਖੁਦ ਹੀ ਇਸ ਨਾਜ਼ੁਕ ਮੌਕੇ ਦਾ ਅੰਦਾਜ਼ਾ ਲਾ ਲੈਣ। ਇੱਕ ਪਾਸੇ
ਸ਼ਾਹੀ ਲਸ਼ਕਰ ਦੇ ਲੱਖਾਂ ਫੌਜੀ ਤੇ ਦੂਜੀ ਤਰਫ ਕੇਵਲ 40 ਬੇਸਰੋ ਸਾਮਾਨ ਥੱਕੇ ਟੁੱਟੇ ਤੇ ਭੁੱਖੇ ਸਿੰਘ। ਕੀ ਕੋਈ ਸਾਰੀ ਦੁਨੀਆ ਦੇ ਇਤਿਹਾਸ ਦੇ ਵਰਕੇ ਉਲਟਾ ਕੇ ਵਿਖਾ ਸਕਦਾ ਹੈ ਕਿ ਕਿਸੇ ਵੀ ਜਰਨੈਲ ਜਾਂ ਸਿਪਾਹ ਸਲਾਰ ਜਾਂ ਬਾਦਸ਼ਾਹ ਨੇ ਕੇਵਲ 40 ਆਦਮੀਆਂ ਨਾਲ ਲੱਖਾਂ ਦੀ ਸ਼ਾਹੀ ਫੌਜ ਦਾ ਟਾਕਰਾ ਕੀਤਾ ਹੋਵੇ ਜਾਂ ਉਹਨਾਂ ਸਾਹਮਣੇ ਜੰਗੀ ਮੈਦਾਨ ਵਿੱਚ ਡਟਣ ਦਾ ਹੀਆ ਹੀ ਕੀਤਾ ਹੋਵੇ ਤੇ ਫਿਰ ਅਜਿਹੀ ਫੌਜ ਦੇ ਘੇਰੇ ਵਿੱਚੋਂ ਨਿਕਲ ਗਿਆ ਹੋਵੇ। ਅਜਿਹੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਹੁੱਕਾ ਨਹੀਂ ਮਿਲਦੀ ਤੇ ਨਾ ਹੀ ਮਿਲੇਗੀ। ਗੁਰੂ ਗੋਬਿੰਦ ਸਿੰਘ ਜੀ ਬੁਜ਼ਿਲ, ਕਾਇਰ ਤੇ ਡਰਪੋਕ ਜਾਂ ਭਗੌੜੇ ਨਹੀਂ ਸਨ ਜੋ ਜਾਨ ਬਚਾਉਣ ਖਾਤਰ ਉੱਥੋਂ ਭੱਜੇ ਹੋਣ। ਕੇਵਲ ਉਹ ਖਾਲਸੇ ਦਾ ਹੁਕਮ ਮੰਨ ਕੇ ਉੱਥੋਂ ਬਚ ਕੇ ਨਿਕਲ ਗਏ ਕਿ ਅਜੇ ਉਹ ਆਪਣੇ ਉਦੇਸ਼ ਤੇ ਮਿਸ਼ਨ ਨੂੰ ਪੂਰਾ ਕਰਨ ਲਈ ਜਹਾਦ ਜਾਰੀ ਰੱਖ ਸਕਣ ਤੇ ਵਿਦਰੋਹ ਦੇ ਪ੍ਰਚੰਡ ਭਾਂਬੜ ਇਸਲਾਮੀ ਰਾਜ ਵਿਰੁੱਧ ਨਵੇਂ ਸਿਰੇ ਲਾਮਬੰਦ ਕਰ ਸਕਣ ਤੇ ਕਿਸੇ ਤਰ੍ਹਾਂ ਇਸ ਧੁੱਖ ਰਹੀ ਚੰਗਿਆਰੀ ਨੂੰ ਉੱਕਾ ਬੁੱਝਣ ਤੋਂ ਬਚਾ ਸਕਣ। ਜੇ ਉਹ ਘਬਰਾਏ ਹੁੰਦੇ, ਬੁੱਝਦੇ ਤੇ ਬੇਹੌਸਲਾ ਹੁੰਦੇ ਤੇ ਜਾਨ ਵੀ ਪਿਆਰੀ ਸਮਝਦੇ ਤਾਂ ਉਹ ਆਪਣੇ ਦੋ ਪੁੱਤਰਾਂ ਨੂੰ ਨਾਲ ਲੈ ਭੱਜਦੇ। ਨਹੀਂ, ਉਹਨਾਂ ਦੋਵੇਂ ਪੁੱਤਰਾਂ ਆਪਣੀ ਹੱਥੀ ਜੰਗ ਵਿੱਚ ਤੋਰ ਕੇ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ ਤੇ ਆਪਣੇ ਪੁੱਤਰਾਂ ਦੇ ਸ਼ਹੀਦੀ ਖੂਨ ਨਾਲ ਉਸ ਪ੍ਰੇਮ ਸੰਦੇਸ਼ ਖਾਲਸਾ ਧਰਮ ਦੇ ਚਾਰਟਰ ਉੱਪਰ ਗਵਾਹੀ ਪਾਈ ਤੇ ਉਹ ਗੜੀ ਵਿੱਚੋਂ ਨਿਕਲੇ ਜੋ ਕਿ ਉਹ ਅਪਾਹਜ, ਬੁਜ਼ਦਿਲ, ਬੇਗੈਰਤ ਤੇ ਨਾ ਸ਼ੁਕਰਗੁਜ਼ਾਰ ਹਿੰਦੂ ਕੌਮ ਲਈ ਲਿਆਏ ਸਨ। ਉਸ ਤੇ ਉਹਨਾਂ ਆਪਣੇ ਦੋ ਨੌਜਵਾਨ ਬੇਟਿਆਂ ਦੇ ਸ਼ਹੀਦੀ ਖੂਨ ਨਾਲ ਦਸਖਤ ਕੀਤੇ ਤੇ ਦੋ ਮਾਸੂਮ ਬੱਚਿਆਂ ਦੇ ਬਲੀਦਾਨ ਨਾਲ ਇਸ ਨੂੰ ਤਸਦੀਕ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।